ਅਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਹੋ ਤੁਸੀਂ। ਬੀਤੀ ਰਾਤ ਦੋ ਗੱਡੀਆਂ ਦੇ ਵਿੱਚ ਹੋਈ ਜ਼ਬਰਦਸਤ ਟੱਕਰ ਜਿਸ ਦੌਰਾਨ ਕੀ ਜਾਨੀ ਨੁਕਸਾਨ ਤੋਂ ਬਚਾ ਰਿਹਾ। ਦਰਅਸਲ ਬਠਿੰਡਾ ਪੁੱਡਾ ਦਫ਼ਤਰ ਦੇ ਸਾਹਮਣੇ ਬੀਤੀ ਰਾਤ ਤਕਰੀਬਨ 9 ਵਜੇ ਦੇ ਕਰੀਬ ਦੋ ਗੱਡੀਆਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋਈ ਹੈ। ਦਰਅਸਲ ਦੋ ਕਾਰਾਂ ਆਪਸ ਦੇ ਵਿੱਚ ਟਕਰਾਉਂਦੀਆਂ ਨੇ, ਜਾਨੀ ਨੁਕਸਾਨ ਤੋਂ ਤਾਂ ਬਚਾ ਰਿਹਾ, ਪਰ ਦੱਸਿਆ ਜਾ ਰਿਹਾ ਹੈ ਕਿ ਗੱਡੀ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਸੀ। ਜਦ ਗੱਡੀਆਂ ਦੀ ਟੱਕਰ ਹੋਈ ਹੈ ਤਾਂ ਇੱਕ ਗੱਡੀ ਨੂੰ ਖਿੱਚ ਕੇ ਤਕਰੀਬਨ 10 ਤੋਂ 15 ਫੁੱਟ ਤੱਕ ਘਸੀਟ ਕੇ ਲੈ ਗਈ ਹੈ। ਹਾਲਾਂਕਿ ਇੱਕ ਵਿਅਕਤੀ ਨੇ ਕਿਹਾ ਕਿ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਕਾਰ ਵਾਲਾ ਕਿਸੇ ਦੂਸਰੀ ਕਾਰ ਦੇ ਨਾਲ ਰੇਸ ਲਗਾ ਰਿਹਾ ਸੀ, ਜਿਸ ਕਾਰਨ ਕਿ ਹਾਦਸਾ ਵਾਪਰਿਆ। ਉਹਨਾਂ ਦੇ ਨਾਲ ਜੋ ਕਾਰ ਸੀ ਉਹ ਚਲੀ ਗਈ, ਪਰ ਇਸ ਕਾਰ ਦੀ ਟੱਕਰ ਹੋ ਗਈ। ਹਾਲਾਂਕਿ ਜਾਨੀ ਨੁਕਸਾਨ ਤੋਂ ਤਾਂ ਬਚਾ ਰਿਹਾ, ਪਰ ਲਗਾਤਾਰ ਤੇਜ਼ ਰਫ਼ਤਾਰ ਦੇ ਕਾਰਨ ਅਜਿਹੇ ਹਾਦਸੇ ਵਾਪਰਦੇ ਨੇ। ਭਾਵੇਂ ਕਿ ਪ੍ਰਸ਼ਾਸਨ ਵੱਲੋਂ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਨੇ, ਚਲਾਨ ਵੀ ਕੱਟੇ ਜਾਂਦੇ ਨੇ, ਪਰ ਇਹਨਾਂ ਦੇ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ। ਲਗਾਤਾਰ ਲੋਕ ਲਾਪਰਵਾਹੀਆਂ ਕਰਦੇ ਨੇ, ਜਿਸ ਦਾ ਇਹ ਨਤੀਜਾ ਸਾਹਮਣੇ ਆਇਆ। ਬਠਿੰਡਾ ਦੇ ਪੁੱਡਾ ਦਫ਼ਤਰ ਦੇ ਸਾਹਮਣੇ ਜ਼ਬਰਦਸਤ ਟੱਕਰ ਹੋਈ ਹੈ, ਜਿਸ ਦੇ ਵਿੱਚ ਕਾਰਾਂ ਦਾ ਕਾਫੀ ਨੁਕਸਾਨ ਰਿਹਾ ਅਤੇ ਜਾਨੀ ਨੁਕਸਾਨ ਤੋਂ ਬਚਾ ਰਿਹਾ। ਜਾਣਕਾਰੀ ਦੇ ਮੁਤਾਬਕ ਉੱਥੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਆਪਣੀ ਗੱਡੀਆਂ ਦੇ ਨਾਲ ਨਾਲ ਆਪਣੀ ਜਾਨ ਦੀ ਵੀ ਸੁਰੱਖਿਆ ਕਰਨੀ ਚਾਹੀਦੀ ਹੈ, ਧਿਆਨ ਦੇ ਨਾਲ ਗੱਡੀਆਂ ਚਲਾਉਣੀਆਂ ਚਾਹੀਦੀਆਂ ਨੇ ਤਾਂ ਜੋ ਅਜਿਹੀ ਕੋਈ ਘਟਨਾ ਨਾ ਵਾਪਰ ਜਾਵੇ। ਹਾਂਜੀ ਬਾਈ, ਕੀ ਨਾਮ ਆ ਜੀ ਤੁਹਾਡਾ? ਜਗਤਾਰ ਸਿੰਘ। ਜਗਤਾਰ ਸਿੰਘ ਜੀ, ਜਿਹੜੀਆਂ ਗੱਡੀਆਂ ਭੜੀਆਂ, ਕੋਈ ਹੈ ਜਾਣਕਾਰੀ ਕੀ ਮਾਮਲਾ ਹੈ? ਇਹ ਜੀ ਬਸ ਸੁਣਨ 'ਚ ਆਇਆ ਹੈਗਾ, ਉੱਥੇ ਡਿਊਟੀ ਹੁੰਦੀ ਆਪਣੀ ਪਰਲੇ ਪਾਸੇ, ਅਤੇ ਉਹ ਕਹਿੰਦੇ ਵੀ ਰਾਤ 9 ਵਜੇ ਦੇ ਕਰੀਬ ਐਕਸੀਡੈਂਟ ਹੋਇਆ, ਵੀ ਗੱਡੀਆਂ ਦੀ ਰਫ਼ਤਾਰ ਤੇਜ਼ ਸੀ, ਵੀ ਜਾਨੀ ਮਾਲ ਦਾ ਨੁਕਸਾਨ ਨਹੀਂ ਹੋਇਆ, ਇੰਨਾ ਕੁ ਸੁਣਨ ਦੇ ਵਿੱਚ ਆਇਆ। ਅੱਛਾ, ਗੱਡੀਆਂ ਦੀ ਸਪੀਡ ਕਾਫੀ ਤੇਜ਼ ਸੀ? ਹਾਂਜੀ, ਪਬਲਿਕ ਵੀ ਸੁਣਿਆ ਹੈਗਾ ਵੀ ਗੱਡੀ ਦੀ ਸਪੀਡ ਤੇਜ਼ ਸੀ। ਹਾਂਜੀ ਬਾਈ ਜੀ, ਕੀ ਨਾਮ ਆ ਤੁਹਾਡਾ? ਜਗਵੀਰ ਸਿੰਘ। ਇਹ ਕੀ ਘਟਨਾ ਵਾਪਰੀ ਹੈ ਅਤੇ ਕਿੰਨੇ ਕੁ ਵਜੇ ਵਾਪਰੀ ਹੈ? ਸਾਡੇ ਘਰਾਂ ਦਾ ਟਾਈਮ ਸੀਗਾ ਜੀ। ਅੱਛਾ, ਕੀ ਹੋਇਆ ਕੀ ਇਹ? ਇਹ ਆਪਣੇ ਸਾਹਮਣੇ ਆ ਰਹੀਆਂ ਗੱਡੀਆਂ, ਪਰ ਜਿਹੜੀ ਸਾਹਮਣੇ ਗੱਡੀ ਪਰਲੀ ਸਾਈਡ ਤੋਂ ਆ ਸੀ ਰੌਂਗ, ਉਹਨੇ ਦੂਜੀ ਸਾਈਡ ਮਾਰੀ। ਅੱਛਾ, ਅਤੇ ਕਿੰਨੇ ਕੁ ਵਜੇ ਦੀ ਕਰੀਬ ਹੈ? ਸਾਢੇ ਕੁ 9 ਦਾ ਟਾਈਮ। ਸਾਢੇ ਕੁ 9 ਵਜੇ ਦਾ। ਕਿ ਜਾਨੀ ਕੋਈ ਨੁਕਸਾਨ ਤਾਂ ਨਹੀਂ ਹੋਇਆ? ਸਾਡੇ ਆ ਜੀ, ਜਿਹੜਾ ਅੱਜ ਇੱਧਰੋਂ ਆ ਰਿਹਾ ਸੀ ਖੱਬੇ ਪਾਸੇ, ਉਹਦੇ ਬਾਂਹ ਦੇ ਸੱਟ ਵੱਜੀ ਹੈ। ਅੱਛਾ, ਕਹਿੰਦੇ ਸੀ ਰਾਤ ਨੂੰ ਬਾਂਹ ਦੇ ਸੱਟ ਲੈ ਗਏ ਜੀ, ਉਹ 9 ਵਜੇ ਨਿਕਲਣਾ। ਅੱਛਾ, ਗੱਡੀਆਂ ਕਾਫੀ ਤੇਜ਼ ਸੀਗੀਆਂ ਹੈ।